ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਇਸ ਦਲਾਂ ਨੇ ਛਪਿਆ ਹੈ ਅਤੇ ਮੈਂ ਸਵੇਰੇ ਸ਼ਹਿਰ ਵਿੱਚ ਬਾਹਰ ਨਿਕਲਿਓ ਤੇਰੇ ਬੋਲਤ ਹੀ ਦੇਖੋ ਸਾਰੇ ਛਪੇ ਹੈ, ਸਾਰੇ ਛਪੇ ਬਹੁਤ ਟੱਕ ਟੱਕ ਹੈ। ਮੈਂ ਸਵੇਰੇ ਤਕਰੀਬਨ 7 ਵਜੇ ਬਾਹਰ ਨਿਕਲਿਓ, 8 ਵਜੇ 8 ਵਜੇ ਬਾਹਰ ਨਿਕਲਿਓ। ਮੈਂ ਤਾਂ ਪੌਣੀ ਦੇ ਗੁਰਦੁਆਰੇ ਦੇ ਪੌਣੀ ਤੱਕ ਵੀ ਗਈ ਹਾਂ, ਮੈਂ ਅਤੇ ਮੇਰਾ ਮਾਮਾ ਡਿਠਾ ਕਿ ਪੈਰਾਦੌਰ ਵੀ ਡੈਠਾ ਹੋਇਆ, ਜੱਗੂ ਵੀ ਡੈਠਾ ਹੋਇਆ, ਭਾਈ ਬੋਲ ਪੁੱਤਰ। ਅਤੇ ਅਸੀਂ ਵਾਪਸ ਚੜ੍ਹੇ, ਮਾਮਾ ਮੇਰਾ ਖੋਟੇ 'ਤੇ ਚੜ੍ਹੇ, ਕਿਸ ਮੈਂ ਚਾਹੁੰਦਾ ਖੋਟੇ 'ਤੇ ਦੇਖਣਾ। ਅਤੇ ਮੈਂ ਸੈਂਡ ਬਰਾਂਡੇ 'ਤੇ ਖਲੋਤਾ ਹਾਂ, ਆਪਣੇ ਸੋਲੇ ਦੇ ਕਾਰਾਂ ਰਾਤੀ ਅਤੇ ਬਰਾਂਡੇ 'ਤੇ ਖਲੋਤਾ। ਮੈਂ ਸਰਹੱਦੀ ਦੇ ਬੋਸ 'ਚ ਆਇਆ, ਮੈਂ ਕਿਮ ਖਾਈ ਦੌਲਤ ਦਾ ਨਫਰ ਹੈ, ਮੈਂ ਉਸ ਕਿਹਾ ਮੈਂ ਕਿਮ ਚਿਕਰੀ ਕੋਲੋ ਕਿ ਕੁਛ ਤਾਸ਼ ਦੌਲੀ ਰਸੀ ਦੀ ਇਹ ਕਨਵਾ ਮੇਰੇ 'ਤੇ ਕਾਲਾ ਸ਼ੰਕੋਫ ਕਟ ਫੈਰ ਕੀਤਾ, ਉਸ ਮੈਂ ਆਪਣੀ ਗੋਸ਼ਾ ਕਿਤਮ 2 ਫੈਰ ਕੀਤਾ, ਉਸ ਤੋਂ ਬਹੁਤ ਚੜ੍ਹਿਆ ਮੇਰੇ 'ਤੇ ਦੌੜਿਆ। ਮੈਂ ਬੋਲਤ ਹੀ ਲੈ ਕਰਕੇ ਪਿਛਲੀ ਦਲਾਨ 'ਚ ਵੜਿਓ ਅਤੇ ਬੂਹੀ 'ਤੇ ਜੰਦਰਾ ਕੀਤਾ, ਬੂਹੀ 'ਤੇ ਜੰਦਰਾ ਕੀਤਾ, ਸ਼ੀਸ਼ਾ 'ਤੇ ਪਾਣੀ ਉਸ ਫੈਰ ਵੀ ਕੀਤਾ। ਅਤੇ ਦੂਸਰਾ ਇੱਕ ਡਾਉਣੀ ਬਾਮੇ ਦਿਸੀ ਟੈਠੀ ਹੋਈ ਆਉਣ ਵੀ, ਅਸੀਂ ਬਾਹਰ ਨਹੀਂ ਨਿਕਲ ਸਕਦੇ, ਬਾਮੇ ਦਿਸੀ ਟੈਠੀ ਹੋਈ ਹੈ, ਪਤਾ ਨਹੀਂ ਕਿ ਕਹਿੰਦਾ ਬਾਮੇ ਹੋ। ਅਤੇ ਅਸੀਂ ਮੁਸ਼ਾਵਰਾ ਜ਼ੰਗ ਮਾਰਿਆ ਅਤੇ ਔਰ ਬਸ ਵੀ ਜ਼ੰਗ ਮਾਰਿਆ, ਕਿਉਂ ਇਸ ਕਿ ਤੁਸੀਂ ਸੇਫ ਹੋ ਤਾਂ ਕੁਛ ਗੱਲ ਨਹੀਂ ਹੈ, ਤੁਸੀਂ ਸਿਰਫ ਕਿਤਨੇ ਤੱਕ ਸਬਰ ਕਰੋ ਕਿ ਬੰਬ ਕੀ ਜੇ ਸਟੇ ਨਸ ਕਿ ਅਸੀਂ ਉਸ ਬੰਬ 'ਤੇ ਪਿੱਛੇ ਕਰੀਏ ਤਾਂ ਤੁਹਾਡੀ ਬਾਹਰ ਨਿਕਲ ਸਕਦੇ। ਅਤੇ ਹੁਣ ਵੀ ਜੰਗ ਜਰਿਓਨ ਰੱਖਦੀ ਹੈ, ਸਾਰੇ ਦਲਾਨੇ ਛਪੇ ਬੈਠੇ ਹੈ, ਇਹ ਸਾਰੇ ਅਸੀਂ ਦਲਾਨੇ ਛਪੇ ਬੈਠੇ ਪਿਛਲੀ ਦਲਾਨੇ, ਅਤੇ ਸਾਡੇ ਉੱਤੇ ਦੌੜਿਆ ਫੈਰਾ ਵੀ ਕੀਤੇ।